ਮਾਨ ਰਹੀਮ ਪਰਸੋਂ ਆਪਣੇ ਇਲੈਕਸ਼ਨ ਆ ਜਨਰਲ ਇਲੈਕਸ਼ਨ ਸਾਰੇ ਦੋਸਤਾਂ ਨੂੰ ਅਪੀਲ ਆ ਕਿ ਜਿਹਦਾ ਜਿੱਥੇ ਜਿੱਥੇ ਜਿੰਨਾ ਜਿੰਨਾ ਜ਼ੋਰ ਚੱਲਦਾ ਉਹ ਉੱਥੇ ਉੱਥੇ ਆਪਣਾ ਹੱਕ ਆਪਣਾ ਹਿੱਸਾ ਪਾਵੇ ਆਪਣਾ ਹੱਕ ਅਦਾ ਕਰੇ। ਦੋਸਤੋ ਮਕਾਮੀ ਉਮੀਦਵਾਰ ਆਪਣੇ ਪਿੰਡ ਦਾ ਉਮੀਦਵਾਰ ਹੋਣੇ ਦੀ ਵਜ੍ਹਾ ਨਾਲ ਜ਼ਾਹਰ ਆ ਸਾਨੂੰ ਵੋਟ ਦੇ ਹਸੂਲ 'ਚ ਕੁਛ ਮੁਸ਼ਕਲਾਂ ਆ, ਰਿਵਾਜ ਮੂੰਹ ਮਲਾਜੇ ਤਲਕਾਤ ਬਰਾਦਰੀਆਂ ਇਹ ਲੋਕਾਂ ਦੇ ਆੜੇ ਆ ਰਹੀਆਂ, ਲੇਕਿਨ ਅਸੀਂ ਮੇਰੇ ਭਾਈਓ ਇੱਕ ਨਜ਼ਰੀਏ ਨਾਲ ਖੜੇ ਹਾਂ। ਦੇਖੋ ਹੁਣ ਤੱਕ ਜਿੰਨਾ ਮੈਂ ਆਪਣਾ ਕਿਰਦਾਰ ਅਦਾ ਕਰ ਸਕਦਾ ਸੀ ਮੈਂ ਕਰ ਦਿੱਤਾ, ਇਸ ਪਿੰਡ 'ਚ ਸਟੈਂਡ ਲਿਆ, ਅਲੱਗ ਇੱਕ ਪਲੇਟਫਾਰਮ ਮੁਹੱਈਆ ਕੀਤਾ, ਹੁਣ ਤੁਹਾਡੀ ਮਦਦ ਦੀ ਜ਼ਰੂਰਤ ਆ। ਜਿਹੜੇ ਮੁਲਕੋਂ ਬਾਹਰ ਆ ਜਾਂ ਪਿੰਡ ਤੋਂ ਬਾਹਰ ਆ ਜਿਹੜੇ ਪਿੰਡ ਵੋਟ ਕਾਸਟ ਕਰਨ ਨਹੀਂ ਆ ਸਕਦੇ ਔਰ ਉਹ ਸਾਡੇ ਹਮਦਰਦ ਆ, ਤਹਿਰੀਕ ਇਨਸਾਫ ਦੇ ਹਮਦਰਦ ਆ, ਇਮਰਾਨ ਖਾਨ ਦੇ ਹਮਦਰਦ ਆ, ਉਹ ਆਪਣੇ ਘਰਾਂ 'ਚ ਫੋਨ ਜ਼ਰੂਰ ਕਰਨ, ਇੱਕ ਦਫ਼ਾ ਉਹਨਾਂ ਨੂੰ ਸਖਤੀ ਨਾਲ ਕਾਇਲ ਕਰਨ ਇਸ ਗੱਲ 'ਤੇ ਕਿ ਸਾਨੂੰ ਉਹ ਵੋਟ ਕਾਸਟ ਕਰਨ। ਦੋਸਤੋ ਇਹ ਇੱਕ ਮੌਕਾ ਹੁੰਦਾ, ਕੁਛ ਲਮਹੇ ਹੁੰਦੇ ਆ, ਇਹ ਅਸੀਂ ਜ਼ਾਇਆ ਕਰ ਦਿੰਦੇ ਹਾਂ, ਫਿਰ 5 ਸਾਲ ਅਸੀਂ ਇਸ ਤਹਿਸਾਲ ਦਾ ਸ਼ਿਕਾਰ ਹੁੰਦੇ ਰਹਿੰਦੇ ਹਾਂ। ਲਿਹਾਜ਼ਾ ਮੈਨੂੰ ਮੇਰੇ ਆਪਣੇ ਸਾਰੇ ਦੋਸਤਾਂ ਤੋਂ ਉਮੀਦ ਹੈ ਕਿ ਉਹ ਆਪਣੇ ਘਰਾਂ 'ਚ ਫੋਨ ਕਰਨਗੇ ਔਰ ਸਾਰਿਆਂ ਕੋਲੋਂ ਆਪਣੇ ਵੋਟ ਪਾਕਿਸਤਾਨ ਤਹਿਰੀਕ ਇਨਸਾਫ਼ ਨੂੰ ਦਿਲਵਾਉਣਗੇ, ਉੱਤੇ ਵੀ ਬੱਲਾ ਥੱਲੇ ਵੀ ਬੱਲਾ। ਸ਼ੁਕਰੀਆ।